Hello, dear students. Good morning. How are you? Before starting off AV assignment, we are talking a pledge. You may speak with me in loud voice. Pledge. I, Satvinder Kaur, committed to be vigilant and wear mind at all our times the risk to myself and my colleagues from COVID-19. I promise to take all necessary precautions that prevent the spread of this deadly virus. I promise to follow and encourage others to follow the key COVID appropriate behaviors, to always wear a mask, face cover, especially when in public places, to maintain a minimum distance of 6 feet from others, to wash my hand frequently and thoroughly with soap and water. Together we will win this fight against COVID-19. Bharatiya Channan Punjabi Vyakaran 8th grade topic hai bachcho tuhanda essay 15 August. Tusi isnu bhi changi tarah read karna hai. Aao apa is bare padhde haan. ਭੂਮਿਕਾ ਕਦੀ ਸਾਡਾ ਭਾਰਤ ਅੰਗਰੇਜ਼ਾਂ ਦਾ ਗੁਲਾਮ ਸੀ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਦੇਸ਼ ਵਾਸੀਆਂ ਦੇ ਸਿਰਾਂ ਤੇ ਕੱਢੇ ਸਿਰਾਂ ਤੇ ਕਫਨ ਬੰਨ ਲਏ ਕਹਿੰਦੇ ਸਮੇਂ ਦੀ ਸਰਕਾਰ ਨੇ ਦੇਸ਼ ਭਗਤਾਂ ਨੂੰ ਅਸਹਿ ਅਤੇ ਅਕੈਦ ਸੀਹੇ ਵੀ ਦਿੱਤੇ ਸੀ ਉਹਨਾਂ ਨੂੰ ਜੇਲ੍ਹਾਂ ਵਿੱਚ ਸੁੱਟਿਆ ਗਿਆ ਸੀ ਫਾਂਸੀਆਂ ਤੇ ਚੜਾਇਆ ਗਿਆ ਪਰ ਦੇਸ਼ ਭਗਤ ਨਹੀਂ ਡੋਲੇ ਅੰਤ ਦੇਸ਼ ਵਾਸੀਆਂ ਨੇ ਆਪਣੇ ਸਾਂਝੇ ਉਦਮ ਸਦਕਾ ਅੰਗਰੇਜ਼ਾਂ ਨੂੰ ਭਾਰਤ ਛੱਡ ਕੇ ਜਾਣ ਲਈ ਕਹਿੰਦੇ ਕੀ ਇਹ ਮਜਬੂਰ ਕਰ ਦਿੱਤਾ 15 ਅਗਸਤ 1947 ਦਾ ਇਹ ਭਾਗਾਂ ਵਾਲਾ ਦਿਨ ਸਭ ਲਈ ਖੁਸ਼ੀਆਂ ਲੈ ਕੇ ਆਇਆ ਲੋਕਾਂ ਨੇ ਆਜ਼ਾਦੀ ਦੀ ਖੁੱਲ੍ਹੀ ਹਵਾ ਵਿੱਚ ਤਾੜੀਆਂ ਲਾ ਕੇ ਕੀ ਕੀਤਾ ਸੀ ਕਹਿੰਦੇ ਸੁੱਖ ਦਾ ਸਾਹ ਲਿੱਤਾ ਸੀ ਜਦੋਂ ਸਾਡਾ ਭਾਰਤ ਆਜ਼ਾਦ ਹੋਇਆ ਸੀ ਨੈਕਸਟ ਹੈ ਆਜ਼ਾਦੀ ਦਿਹਾੜੀ ਦੀਆਂ ਤਿਆਰੀਆਂ 15 ਅਗਸਤ 1947 ਦਾ ਦਿਨ ਪੂਰੇ ਦੇਸ਼ ਵਿੱਚ ਬੜੇ ਹੀ ਤਿਉਹਾਰ ਨਾਲ ਬੜੀ ਖੁਸ਼ੀ ਨਾਲ ਕਹਿੰਦੇ ਤਿਉਹਾਰ ਮਨਾਇਆ ਜਾਂਦਾ ਹੈ ਦੇਸ਼ ਵਾਸੀ ਆਪਣੇ ਸਾਰੇ ਕੰਮ ਕਾਰ ਛੱਡ ਕੇ ਇਸ ਆਜ਼ਾਦੀ ਦਿਹਾੜੇ ਵਿੱਚ ਹਿੱਸਾ ਲੈਣ ਲਈ ਕਹਿੰਦੇ ਕੀ ਆਉਂਦੇ ਹਨ ਜਾਂਦੇ ਸਨ ਰਾਜਧਾਨੀ ਦਿੱਲੀ ਵਿੱਚ ਤਾਂ ਰਾਸ਼ਟਰੀ ਤਿਉਹਾਰ ਨੂੰ ਮਨਾਉਣ ਲਈ ਵਿਸ਼ੇਸ਼ ਤਿਆਰੀ ਕਹਿੰਦੇ ਕੀਤੀ ਜਾਂਦੀ ਹੈ ਲਾਲ ਕਿਲੇ ਦੀ ਠੋਕੇ ਇਸ ਦਿਨ ਵੇਖਣ ਵਾਲੀ ਹੁੰਦੀ ਹੈ ਜਿੱਥੇ ਤਿਰੰਗਾ ਲਹਿਰਾਉਂਦਾ ਜਾਂਦਾ ਹੈ ਲੋਕੀ ਇੰਨੀ ਗਰਮੀ ਹੋਣ ਦੇ ਬਾਵਜੂਦ ਵੀ ਇਸ ਪ੍ਰੋਗਰਾਮ ਦਾ ਕਹਿੰਦੇ ਆਨੰਦ ਬਹੁਤ ਹੀ ਵਧੀਆ ਤਰੀਕੇ ਨਾਲ ਮਾਣਦੇ ਹਨ ਰੇਡੀਓ ਟੀਵੀ ਤੇ ਵੱਖ ਵੱਖ ਚੈਨਲਾਂ ਤੇ ਇਸ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਕੀਤਾ ਜਾਂਦਾ ਹੈ ਸਾਰੀ ਸਰਕਾਰੀ ਅਤੇ ਪ੍ਰਾਈਵੇਟ ਅਦਾਰਿਆਂ ਵਿੱਚ ਕਹਿੰਦੇ ਕੀ ਹੈ ਇਸ ਦਿਨ ਛੁੱਟੀ ਹੁੰਦੀ ਹੈ ਭਾਵ ਕਿ ਭਾਰਤ ਦੇ ਹਰ ਕੋਨੇ ਕੋਨੇ ਵਿੱਚ ਜਿਹੜਾ ਇਹ ਤਿਉਹਾਰ ਹੈ ਬੜੀ ਹੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਨੈਕਸਟ ਹੈ ਦਿੱਲੀ ਵਿਖੇ ਸਮਾਗਮ ਦਿੱਲੀ ਦੇ ਲਾਲ ਕਿਲੇ ਵਿਖੇ ਦੇਸ਼ ਦੇ ਪ੍ਰਧਾਨ ਮੰਤਰੀ ਤੇ ਹੋਰ ਮੰਤਰੀਗਣ ਹੁੰਮ ਹੁਮਾ ਕੇ ਪੁੱਜਦੇ ਹਨ ਪ੍ਰਧਾਨ ਮੰਤਰੀ ਤਿਰੰਗਾ ਲਹਿਰਾਉਣ ਦੀ ਰਸਮ ਨੂੰ ਕਹਿੰਦੇ ਅਦਾ ਕਰਦੇ ਹਨ ਇਸ ਪਿੱਛੋਂ ਰਾਸ਼ਟਰੀ ਗਾਣ ਵੀ ਹੁੰਦਾ ਹੈ ਭਾਵ ਰਾਸ਼ਟਰੀ ਗੀਤ ਕਹਿੰਦੇ ਗਾਇਆ ਗਾ ਜਾਂਦਾ ਹੈ ਝੰਡੇ ਨੂੰ 21 ਤੋਪਾਂ ਦੀ ਸਲਾਮੀ ਦੇ ਕੇ ਕਹਿੰਦੇ ਨਿਵਾਜਿਆ ਜਾਂਦਾ ਹੈ ਉਹਦਾ ਸਤਿਕਾਰ ਕੀਤਾ ਜਾਂਦਾ ਹੈ ਦੇਸ਼ਾਂ ਦੀਆਂ ਤਿੰਨੋਂ ਸੈਨਾਵਾਂ ਜਿਹੜੀਆਂ ਹੁੰਦੀਆਂ ਨੇ ਝੰਡੇ ਨੂੰ ਸਲਾਮੀ ਦੇਣ ਤੋਂ ਬਾਅਦ ਇੱਕ ਮਾਰਚ ਪਾਟ ਦੇ ਰੂਪ ਵਿੱਚ ਕਹਿੰਦੇ ਲੰਘਦੀਆਂ ਹਨ ਸਕੂਲਾਂ ਕਾਲਜਾਂ ਦੇ ਵਿਦਿਆਰਥੀ ਸਕਾਊਟ ਗਾਈਡ NCC ਕੈਂਡਿਡੇਟ ਵੀ ਇਸ ਪਰੇਡ ਵਿੱਚ ਕਹਿੰਦੇ ਸ਼ਾਮਲ ਹੁੰਦੇ ਹਨ ਪ੍ਰਧਾਨ ਮੰਤਰੀ ਦੇ ਭਾਸ਼ਣ ਨਾਲ ਇਹ ਸਮਾਗਮ ਕਹਿੰਦੇ ਫਿਰ ਸਮਾਪਤ ਹੋ ਜਾਂਦੇ ਹਨ ਦੇਸ਼ ਦੇ ਪ੍ਰਧਾਨ ਮੰਤਰੀ ਦੇਸ਼ ਵਾਸੀਆਂ ਦੇ ਨਾ ਭਾਸ਼ਣ ਦੇ ਰੂਪ ਵਿੱਚ ਇੱਕ ਸੰਦੇਸ਼ ਦਿੰਦੇ ਹਨ ਉਹ ਦੇਸ਼ ਦੀ ਤਰੱਕੀ ਦਾ ਲੇਖਾ ਜੋਖਾ ਕਹਿੰਦੇ ਲੋਕਾਂ ਦੇ ਕੀ ਆ ਫਿਰ ਅੱਗੇ ਰੱਖਦੇ ਹਨ ਹੋਰ ਰਾਜਾਂ ਦਾ ਪ੍ਰੋਗਰਾਮ ਰਾਜਧਾਨੀ ਦਿੱਲੀ ਤੋਂ ਇਲਾਵਾ ਦੇਸ਼ ਦੇ ਸਾਰੇ ਰਾਜਾਂ ਦੇ ਮੁੱਖ ਮੰਤਰੀ ਗਵਰਨਰ ਮੰਤਰੀ ਗਣ ਤੇ ਹੋਰ ਰਾਜਨੀਤਿਕ ਨੇਵਾ ਵੱਖ ਵੱਖ ਜ਼ਿਲ੍ਹਿਆਂ ਵਿੱਚ ਕਹਿੰਦੇ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਦੇ ਹਨ ਵੱਖ ਵੱਖ ਸਕੂਲਾਂ ਕਾਲਜਾਂ ਵਿੱਚ ਵੀ ਕਹਿੰਦੇ ਝੰਡਾ ਲਹਿਰਾਇਆ ਜਾਂਦਾ ਹੈ ਖੂਬ ਰੰਗ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਹਨ ਗੱਲ ਇਸ ਦਿਹਾੜੇ ਨੂੰ ਮਨਾਉਣ ਲਈ ਲੋਕ ਇਸ ਦਿਨ ਤਰੋਂ ਮਨੋ ਅਤੇ ਤੁਹਾਨੂੰ ਸਮਰਪਿਤ ਹੁੰਦੇ ਹਨ ਭਾਵ ਪੂਰੇ ਦੇਸ਼ ਵਿੱਚ ਬਹੁਤ ਖੁਸ਼ੀ ਨਾਲ ਇਹ ਤਿਉਹਾਰ ਮਨਾਇਆ ਜਾਂਦਾ ਹੈ ਸੁਨੇਹਾ ਕੀ ਦਿੰਦਾ ਹੈ ਸਾਨੂੰ ਇਹ ਦਿਨ ਇਹ ਖਾਸ ਮੌਕਾ ਆਜ਼ਾਦੀ ਦਿਵਸ ਤੋਂ ਇਹ ਸੁਨੇਹਾ ਮਿਲਦਾ ਹੈ ਕਿ ਆਜ਼ਾਦੀ ਸਭ ਦਾ ਕਹਿੰਦੇ ਜਨਮ ਸਿੱਧ ਅਧਿਕਾਰ ਹੁੰਦਾ ਹੈ ਕਿਸੇ ਨੂੰ ਵੀ ਹੱਕ ਨਹੀਂ ਕਿ ਕੋਈ ਕਿਸੇ ਨੂੰ ਆਪਣਾ ਗੁਲਾਮ ਬਣਾ ਕੇ ਰੱਖੇ ਭਾਵੇਂ ਕੋਈ ਪੰਛੀ ਹੋਵੇ ਭਾਵੇਂ ਕੋਈ ਜਾਨਵਰ ਹੋਵੇ ਸਭ ਆਜ਼ਾਦੀ ਚਾਹੁੰਦੇ ਹਨ ਸਾਨੂੰ ਕਿਸੇ ਦੀ ਆਜ਼ਾਦੀ ਨਹੀਂ ਖੋਣੀ ਚਾਹੀਦੀ ਇਸ ਦਿਨ ਦੇਸ਼ ਵਾਸੀ ਲਈ ਇੱਕ ਚੁਣੌਤੀ ਇੱਕ ਵੰਗਾਰ ਪੇਸ਼ ਕਰਦਾ ਹੈ ਕਿ ਆਜ਼ਾਦੀ ਨੂੰ ਬਹਾਲ ਰੱਖਣ ਲਈ ਸਾਨੂੰ ਆਪਣੇ ਸਵਾਰਥ ਨੂੰ ਕਹਿੰਦੇ ਤਿਆਗਣਾ ਚਾਹੀਦਾ ਹੈ ਭ੍ਰਿਸ਼ਟਾਚਾਰ ਰਿਸ਼ਵਤਖੋਰੀ ਜਿਹੀਆਂ ਬੁਰਾਈਆਂ ਆਦਤਾਂ ਨੂੰ ਤਿਆਗਣਾ ਪਵੇਗਾ ਤਾਂ ਜੋ ਦੇਸ਼ ਨੂੰ ਮੁੜ ਤੋਂ ਕਿਸੇ ਗਹਿਣੇ ਨਾ ਪਾ ਸਕਣ ਦੇਸ਼ ਦੇ ਨੇਤਾਵਾਂ ਨੂੰ ਆਪਣਾ ਕਿਰਦਾਰ ਸਾਫ਼ ਸੁਥਰਾ ਰੱਖਣਾ ਚਾਹੀਦਾ ਹੈ ਕਹਿੰਦੇ ਜਿਹੜੇ ਭ੍ਰਿਸ਼ਟਾਚਾਰ ਨੇਤਾਵ ਹੁੰਦੇ ਹਨ ਕੋਈ ਥਾਂ ਨਹੀਂ ਦੇਸ਼ ਵਿੱਚ ਉਹਨਾਂ ਲਈ ਹੋਣੀ ਚਾਹੀਦੀ ਜਦੋਂ ਦੇਸ਼ ਇੱਕ ਪਾਸੇ ਤੁਰ ਪਵੇਗਾ ਪ੍ਰੀ
ਭ੍ਰਿਸ਼ਟਤਾਵਾਂ ਲਈ ਇੱਥੇ ਕੋਈ ਥਾਂ ਨਹੀਂ ਹੋਣੀ ਚਾਹੀਦੀ। ਜਦੋਂ ਦੇਸ਼ ਦੇ ਇੱਕ ਪਾਸੇ ਤੁਰ ਪਵੇਗਾ ਤਦ ਹੀ ਸਾਡਾ ਜਦੋਂ ਦੇਸ਼ ਇੱਕ ਪਾਸੇ ਤੁਰ ਪਵੇਗਾ ਤਦ ਹੀ ਸਾਡਾ ਸੁਤੰਤਰ ਦੇਸ਼ ਮਨਾਉਣਾ ਕਹਿੰਦੇ ਸਾਰਥਿਕ ਹੋਏਗਾ। ਬੱਚੋ ਇਹ ਸੀਗਾ 15 ਅਗਸਤ ਦਾ ਤਿਉਹਾਰ। ਕਹਿੰਦੇ ਜਦੋਂ 15 ਅਗਸਤ 1947 ਦਾ ਦਿਨ ਸੀ, ਕਹਿੰਦੇ ਸਾਡਾ ਭਾਰਤ ਆਜ਼ਾਦ ਹੋਇਆ ਸੀ, ਕਹਿੰਦੇ ਸਾਨੂੰ ਬਹੁਤ ਸਾਰੀਆਂ ਖੁਸ਼ੀਆਂ ਪ੍ਰਾਪਤ ਹੋਈਆਂ ਸੀ, ਅਸੀਂ ਕਿਸੇ ਦੇ ਗੁਲਾਮ ਨਹੀਂ ਸੀ, ਅਸੀਂ ਆਪਣੀ ਆਜ਼ਾਦੀ ਨਾਲ ਹਰ ਇੱਕ ਕੰਮ ਕਰ ਸਕਦੇ ਸਨ। ਕਹਿੰਦੇ ਇਹ ਜਿਹੜਾ ਦਿਨ ਹੈ ਸਾਡੀ ਜ਼ਿੰਦਗੀ ਦਾ ਸਭ ਤੋਂ ਵਧੀਆ ਦਿਨ ਸੀ, ਹੁਣ ਇਸ ਲਈ ਅਸੀਂ ਆਜ਼ਾਦ ਫਿਰਦੇ ਹਾਂ, ਆਪਣੀ ਮਰਜ਼ੀ ਨਾਲ ਕੰਮ ਕਰ ਸਕਦੇ ਹਾਂ। ਕਹਿੰਦੇ ਖਾਸ ਮੌਕਿਆਂ ਤੇ, ਖਾਸ ਕਰਕੇ 15 ਅਗਸਤ ਤੇ ਕਹਿੰਦੇ ਬਹੁਤ ਹੀ ਧੂਮਧਾਮ ਨਾਲ ਇਹ ਤਿਉਹਾਰ ਮਨਾਇਆ ਜਾਂਦਾ ਹੈ ਤੇ ਸਾਨੂੰ ਵੀ ਕਹਿੰਦੇ ਉਹ ਮਹਾਨ ਯੋਧਿਆਂ ਨੂੰ ਜਿਨ੍ਹਾਂ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਆਪਣੀਆਂ ਜਾਨਾਂ ਦਿੱਤੀਆਂ, ਆਪਣਾ ਆਪ ਨੂੰ ਕੁਰਬਾਨ ਕੀਤਾ, ਕਹਿੰਦੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਨੀ ਚਾਹੀਦੀ ਹੈ। ਇਹ ਸੀਗਾ ਤੁਹਾਡਾ ਐਸੇ ਬੱਚੇ, ਤੁਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਰੀਡ ਕਰਨਾ। ਥੈਂਕਸ, ਹੈਵ ਅ ਨਾਈਸ ਡੇ।